8ਵੀਂ ਕਲਾਸ ਦੇ ਪਿਆਰੇ ਵਿਦਿਆਰਥੀਓ ਸਭ ਤੋਂ ਪਹਿਲਾਂ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਵਿਦਿਆਰਥੀਓ ਜਿਵੇਂ ਕਿ ਪਤਾ ਹੈ ਕਿ ਤੁਹਾਨੂੰ 8ਵੀਂ ਕਲਾਸ ਦੀ ਜੋ ਬੋਰਡ ਦੀ ਡੇਟਸ਼ੀਟ ਹੈ ਉਹ ਵਿਭਾਗ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਜੀ 8ਵੀਂ ਕਲਾਸ ਦੇ ਜੋ ਬੋਰਡ ਦੇ ਪੇਪਰ ਹਨ ਉਹ 7 ਮਾਰਚ ਤੋਂ ਸ਼ੁਰੂ ਹੋ ਰਹੇ ਹਨ ਜੀ 7 ਮਾਰਚ 2024 ਤੇ ਲਾਸਟ ਪੇਪਰ ਜੋ ਹੈ ਤੁਹਾਡਾ ਉਹ 27 ਮਾਰਚ ਨੂੰ ਤੁਹਾਡੇ ਪੇਪਰ ਖਤਮ ਹੋਣਗੇ ਲਾਸਟ ਤੁਹਾਡਾ ਪੇਪਰ 27 ਮਾਰਚ ਨੂੰ ਹੈ ਜੀ ਤੇ ਵਿਦਿਆਰਥੀਓ ਜਦੋਂ ਤੁਸੀਂ ਇਗਜ਼ਾਮ ਦੇ ਵਿੱਚ ਬੈਠੋਗੇ ਤੇ ਜੋ ਤੁਹਾਨੂੰ ਸਭ ਤੋਂ ਪਹਿਲਾਂ ਮਿਲੇਗੀ ਇੱਕ ਆਨਸਰ ਸ਼ੀਟ ਤੇ ਆਨਸਰ ਸ਼ੀਟ ਦੇ ਵਿੱਚ ਸਭ ਤੋਂ ਪਹਿਲਾਂ ਜੋ ਪੇਜ ਹੁੰਦਾ ਹੈ ਉਹ ਹੁੰਦਾ ਹੈ ਜੀ ਇੱਕ OMR ਸ਼ੀਟ ਜੋ ਕਿ ਤੁਹਾਨੂੰ ਸਕਰੀਨ ਦੇ ਉੱਪਰ ਨਜ਼ਰ ਆ ਰਹੀ ਹੈ ਇਸ OMR ਸ਼ੀਟ ਨੂੰ ਕਿਸ ਤਰ੍ਹਾਂ ਭਰਿਆ ਜਾਵੇਗਾ ਸਹੀ-ਸਹੀ ਤਾਂ ਕਿ ਬੱਚੇ ਕੋਈ ਗਲਤੀ ਇਸ ਦੇ ਵਿੱਚ ਨਾ ਕਰਨ ਕਿਉਂਕਿ ਜੇ OMR ਸ਼ੀਟ ਦੇ ਵਿੱਚ ਤੁਸੀਂ ਥੋੜੀ ਜਿਹੀ ਗਲਤੀ ਕਰ ਦਿੰਦੇ ਹੋ ਕੋਈ ਵੀ ਇਨਫੋਰਮੇਸ਼ਨ ਤੁਸੀਂ ਗਲਤ ਭਰ ਦਿੰਦੇ ਹੋ ਤਾਂ ਤੁਹਾਡੇ ਜੋ ਪੇਪਰ ਚੈਕਿੰਗ ਦੇ ਵਿੱਚ ਕਾਫੀ ਦਿੱਕਤ ਆਉਂਦੀ ਹੈ ਤੁਹਾਡੇ ਰਿਜ਼ਲਟ ਦੇ ਵਿੱਚ ਕਾਫੀ ਦਿੱਕਤ ਆਉਂਦੀ ਹੈ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਦੇਖਾਂਗੇ ਕਿ OMR ਸ਼ੀਟ ਨੂੰ ਕਿਸੇ ਵੀ ਗਲਤੀ ਤੋਂ ਬਿਨਾ ਕਿਸ ਤਰ੍ਹਾਂ ਬੱਚਾ ਨੇ ਭਰਨਾ ਹੈ ਜੀ ਤੇ ਵਿਦਿਆਰਥੀਓ ਅੱਗੇ ਚੱਲਣ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਇਸ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਹੈ ਜੀ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦੇਣਾ ਹੈ ਤੇ ਬੈੱਲ ਆਈਕਨ ਨੂੰ ਪ੍ਰੈਸ ਕਰਨ ਤੋਂ ਬਾਅਦ ਜੋ 올 ਦਾ ਨੋਟੀਫਿਕੇਸ਼ਨ ਆਏਗਾ ਉਸ ਨੂੰ ਜੂਰ ਆਨ ਕਰ ਲੈਣਾ ਹੈ ਤਾਂ ਜੋ ਮੇਰੀ ਹਰੇਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਵਿਦਿਆਰਥੀਓ ਆਪ ਹੁਣ ਦੇਖਦੇ ਹਾਂ ਕਿ ਆਪਾਂ ਜੋ OMR ਸ਼ੀਟ ਹੈ ਉਸ ਨੂੰ ਬਿਲਕੁਲ ਸਹੀ ਸਹੀ ਕਿਸ ਤਰ੍ਹਾਂ ਭਰਨਾ ਹੈ ਜੀ ਇਸ ਵਿੱਚ ਤੁਸੀਂ ਆਪਣਾ ਜੋ ਐਡਮਿਟ ਕਾਰਡ ਦੇ ਉੱਪਰ ਇਨਫੋਰਮੇਸ਼ਨ ਲਿਖਣੀ ਹੈ ਉਸ ਨੂੰ ਪਹਿਲਾਂ ਇੱਕ ਵਾਰ ਜੂਸਾ ਰੀਡ ਕਰ ਲੈਣਾ ਹੈ ਕਿਉਂਕਿ ਜੋ ਇਸ ਦੇ ਵਿੱਚ ਜੋ ਵੀ ਇਨਫੋਰਮੇਸ਼ਨ ਭਰੀ ਜਾਏਗੀ ਉਹ ਤੁਹਾਡੇ ਐਡਮਿਟ ਕਾਰਡ ਨੂੰ ਦੇਖ ਕੇ ਹੀ ਤੁਸੀਂ ਭਰਨੀ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਦੇਖਣਾ ਹੈ ਜੀ ਆਪਣਾ ਪਹਿਲੀ ਆਪਣੇ ਕੋਈ ਇਨਫੋਰਮੇਸ਼ਨ ਕਿਹੜੀ ਮੰਗੀ ਹੈ ਜੀ ਵਿਸ਼ਾ ਜਿਸ ਸਬਜੈਕਟ ਦਾ ਤੁਹਾਡਾ ਪੇਪਰ ਹੈ ਉਹ ਤੁਸੀਂ ਇੱਥੇ ਪਹਿਲਾਂ ਸਭ ਤੋਂ ਪਹਿਲਾਂ ਪੜਨਾ ਹੈ ਜੀ ਮੰਨ ਲਓ ਜੇ ਇੰਗਲਿਸ਼ ਦਾ ਪੇਪਰ ਹੈ ਤਾਂ ਤੁਸੀਂ ਇੱਥੇ ਅੰਗਰੇਜ਼ੀ ਲਿਖਣਾ ਹੈ ਪੰਜਾਬੀ ਦਾ ਪੇਪਰ ਹੈ ਤਾਂ ਪੰਜਾਬੀ ਲਿਖਣਾ ਹੈ ਮੈਥ ਦਾ ਪੇਪਰ ਹੈ ਤਾਂ ਮੈਥ ਜਾਂ ਗਣਿਤ ਲਿਖਣਾ ਹੈ ਤੇ ਆਓ ਆਪਾਂ ਇੱਕ ਨਮੂਨਾ ਇਸ ਨੂੰ ਪੜ ਕੇ ਦੇਖ ਲੈਂਦੇ ਹਾਂ ਕਿ ਕਿਸ ਤਰ੍ਹਾਂ ਤੁਸੀਂ ਸਾਰੀ ਇਨਫੋਰਮੇਸ਼ਨ ਪੜਨੀ ਹੈ ਜੀ ਮੰਨ ਲਓ ਕਿ ਤੁਹਾਡਾ ਜਿਸ ਦਿਨ ਤੁਸੀਂ ਇਹ ਪੇ ਸ਼ੀਟ ਭਰ ਰਹੇ ਹੋ ਤੁਹਾਡਾ ਗਣਿਤ ਦਾ ਪੇਪਰ ਹੈ ਤਾਂ ਤੁਸੀਂ ਇੱਥੇ ਗਣਿਤ ਲਿਖ ਦੇਣਾ ਹੈ ਪੰਜਾਬੀ ਵਾਲੇ ਬੱਚਿਆਂ ਨੇ ਇਸ ਤਰ੍ਹਾਂ ਗਣਿਤ ਲਿਖ ਦੇਣਾ ਹੈ ਇੰਗਲਿਸ਼ ਵਾਲੇ ਬੱਚਿਆਂ ਨੇ ਇੱਥੇ ਮੈਥਮੈਟਿਕਸ ਲਿਖ ਦੇਣਾ ਹੈ ਜੀ ਇਸ ਤਰ੍ਹਾਂ ਮੈਥਮੈਟਿਕਸ ਜਾਂ ਦੋਨੋਂ ਹੀ ਬੱਚੇ ਮੈਥਮੈਟਿਕਸ ਲਿਖ ਸਕਦੇ ਹਨ ਫਿਰ ਉਸ ਤੋਂ ਬਾਅਦ ਹੈ ਜੀ ਪ੍ਰੀਖਿਆ ਦਾ ਦਿਨ ਅਤੇ ਮਿਤੀ ਡੇਟ ਐਂਡ ਡੇ ਲਿਖਣਾ ਹੈ ਜਿਸ ਦਿਨ ਤੁਹਾਡਾ ਗਣਿਤ ਦਾ ਪੇਪਰ ਹੈ 2024 ਦੀ ਗੱਲ ਕਰ ਰਹੇ ਹਾਂ 2024 ਦੇ ਵਿੱਚ ਤੁਹਾਡਾ 11 ਮਾਰਚ ਨੂੰ 11 ਮਾਰਚ ਨੂੰ ਤੁਹਾਡਾ ਕੀ ਹੈ ਜੀ ਗਣਿਤ ਦਾ ਪੇਪਰ ਹੈ ਤੇ ਉਸ ਦਿਨ ਦਿਨ ਕਿਹੜਾ ਬਣਦਾ ਹੈ ਦਿਨ ਬਣਦਾ ਹੈ ਆਪਣੇ ਕੋ ਸੋਮਵਾਰ ਤੇ ਪੰਜਾਬੀ ਵਾਲੇ ਬੱਚਿਆਂ ਨੇ ਸੋਮਵਾਰ ਲਿਖ ਦੇਣਾ ਹੈ ਇੰਗਲਿਸ਼ ਵਾਲਾ ਜਿਨ੍ਹਾਂ ਦਾ ਮੈਥ ਇੰਗਲਿਸ਼ మీడియం ਦੇ ਵਿੱਚ ਰੱਖਿਆ ਹੋਇਆ ਹੈ ਉਹਨਾਂ ਨੇ ਇੱਥੇ ਮੰਡੇ ਲਿਖ ਦੇਣਾ ਹੈ ਜੀ ਅਗਲਾ ਹੈ ਜੀ ਉੱਤਰ ਦੇਣ ਦਾ ਮਾਧਿਅਮ ਇਸ ਦੇ ਵਿੱਚ ਆ ਜਾਏਗਾ ਮੀਡੀਅਮ ਆਫ ਅਨਸਰਿੰਗ ਦਾ ਪੇਪਰ ਜੇਕਰ ਜੋ ਬੱਚੇ ਹਨ ਉਹਨਾਂ ਨੇ ਜੋ ਗਣਿਤ ਹੈ ਉਹ ਪੰਜਾਬੀ ਮੀਡੀਅਮ ਦੇ ਵਿੱਚ ਰੱਖਿਆ ਹੈ ਤਾਂ ਬੱਚਿਆਂ ਨੇ ਇੱਥੇ ਪੰਜਾਬੀ ਲਿਖ ਦੇਣਾ ਹੈ ਜੇਕਰ बच्चे ने जो गणित है वो इंग्लिश मीडियम ਦੇ ਵਿੱਚ ਰੱਖਿਆ ਹੈ ਤਾਂ ਉਸ ਨੇ ਇੱਥੇ ਅੰਗਰੇਜ਼ੀ ਲਿਖ ਦੇਣਾ ਹੈ ਇਹਨਾਂ ਦੋਵਾਂ ਵਿੱਚੋਂ ਇੱਕ ਹੀ ਆਪਸ਼ਨ ਭਰੀ ਜਾਏਗੀ ਜਾਂ ਅੰਗਰੇਜ਼ੀ ਤੇ ਜਾਂ ਪੰਜਾਬੀ ਤੇ ਜੇ ਕਿਸੇ ਬੱਚੇ ਨੇ ਮੈਥ ਜੋ ਹੈ ਉਹ ਹਿੰਦੀ మీడియం ਵਿੱਚ ਰੱਖਿਆ ਹੈ ਤਾਂ ਉਹ ਇੱਥੇ ਹਿੰਦੀ ਵੀ ਲਿਖ ਸਕਦਾ ਹੈ ਤੇ ਹਿੰਦੀ ਵਾਲੇ ਬਹੁਤ ਘੱਟ ਹੁੰਦੇ ਹਨ ਜ਼ਿਆਦਾਤਰ ਪੰਜਾਬੀ ਅਤੇ ਅੰਗਰੇਜ਼ੀ ਵਾਲੇ ਬੱਚੇ ਹੀ ਹੁੰਦੇ ਹਨ ਯਾਤਰਾ ਬੱਚੇ ਜੋ ਹਨ ਉਹ ਪੰਜਾਬੀ ਵਿੱਚ ਮੈਥ ਰੱਖਦੇ ਹਨ ਜਾਂ ਅੰਗਰੇਜ਼ੀ ਦੇ ਵਿੱਚ ਰੱਖਦੇ ਹਨ ਹਿੰਦੀ ਵਿੱਚ ਬਹੁਤ ਘੱਟ ਰੱਖਦੇ ਹਨ ਬਟ ਜੇ ਹਿੰਦੀ ਵਾਲੇ ਵੀ ਹਨ ਤਾਂ ਉਹਨਾਂ ਨੇ ਇੱਥੇ ਹਿੰਦੀ ਫील ਕਰਨਾ ਹੈ ਇਹ ਆਪਸ਼ਨ ਨੂੰ ਬਹੁਤ ਧਿਆਨ ਨਾਲ ਪੜਨਾ ਹੈ ਜੀ ਕਿ ਤੁਸੀਂ ਜੋ ਜੋ ਵੀ ਵਿਸ਼ਾ ਹੈ ਉਹ ਵਿਸ਼ਾ ਕਿਸ ਮੀਡੀਅਮ ਦੇ ਵਿੱਚ ਉਸ ਦਾ ਆਨਸਰ ਦੇਣਾ ਹੈ ਤੁਸੀਂ ਆਨਸਰ ਸ਼ੀਟ ਦੇ ਵਿੱਚ ਆਨਸਰ ਲਿਖਣੇ ਹਨ ਹੁਣ ਮੈਥ ਦਾ ਪੇਪਰ ਹੈ ਕਿ ਮੈਥ ਦਾ ਪੇਪਰ ਤੁਸੀਂ ਪੰਜਾਬੀ ਦੇ ਵਿੱਚ ਲਿਖਣਾ ਹੈ ਤੇ ਇੱਥੇ ਪੰਜਾਬੀ ਲਿਖੋਗੇ ਜੇ ਮੈਥ ਦਾ ਪੇਪਰ ਅੰਗਰੇਜ਼ੀ ਵਿੱਚ ਤੁਸੀਂ ਕਰਨਾ ਹੈ ਇੰਗਲਿਸ਼ ਮੀਡੀਅਮ ਦੇ ਵਿੱਚ ਤੇ ਇੱਥੇ ਅੰਗਰੇਜ਼ੀ ਲਿਖੋਗੇ ਜੇਕਰ ਮੈਥ ਦੇ ਪੇਪਰ ਨੂੰ ਵੀ ਤੁਸੀਂ ਹਿੰਦੀ ਵਿੱਚ ਆਨਸਰ ਲਿਖਣੇ ਹਨ ਤਾਂ ਤੁਸੀਂ ਇੱਥੇ ਹਿੰਦੀ ਲਿਖੋਗੇ ਇਸ ਲਈ ਇਸ ਨੂੰ ਇੱਕ ਵਾਰ ਜੂੜ ਆਪਣੇ ਜੋ ਇਨਵਿਜ਼ਿਬਿਲੀਟਰ ਹੋਣਗੇ ਉਹਨਾਂ ਕੋਲ ਪੁੱਛ ਲੈਣਾ ਹੈ ਜੀ ਅਗਲਾ ਹੈ ਜੀ ਉੱਤਰ ਪੱਤਰ ਦੇ ਉੱਪਰ ਲਿਖਿਆ ਕੋਡ ਹੁਣ ਜਿਸ ਤਰ੍ਹਾਂ ਤੁਹਾਨੂੰ ਇਹ ਜੋ ਇਨਫੋਰਮੇਸ਼ਨ ਹੈ ਉਹ ਤੁਹਾਨੂੰ ਜਦੋਂ ਕੁਐਸਚਨ ਪੇਪਰ ਮਿਲੇਗਾ ਇਹ ਜੋ ਖਾਨਾ ਹੈ ਜਦੋਂ ਤੁਹਾਨੂੰ ਕੁਐਸਚਨ ਪੇਪਰ ਮਿਲੇਗਾ ਉਦੋਂ ਤੁਸੀਂ ਭਰਨਾ ਹੈ ਕੁਐਸਚਨ ਪੇਪਰ ਦੇ ਵਿੱਚ ਕੀ ਹੁੰਦਾ ਹੈ ਕੁਐਸਚਨ ਪੇਪਰ ਜਦੋਂ ਤੁਹਾਨੂੰ ਮਿਲਦਾ ਹੈ ਜੀ ਤਾਂ ਉਸ ਦੇ ਮੈਂ ਕੁਐਸਚਨ ਪੇਪਰ ਦੀ ਗੱਲ ਕਰ ਰਿਹਾ ਮੰਨ ਲਓ ਇਹ ਆਪਣੇ ਕੋਈ ਕੁਐਸਚਨ ਪੇਪਰ ਹੈ ਕਵੈਸਚਨ ਪੇਪਰ ਦੇ ਬਿਲਕੁਲ ਉੱਪਰ ਸੱਜੇ ਪਾਸੇ ਰਾਈਟ ਸਾਈਡ ਤੇ ਇੱਕ ਕੋਡ ਲਿਖਿਆ ਹੁੰਦਾ ਹੈ ਹੁਣ ਆਪਾਂ ਗੱਲ ਕਰ ਰਹੇ ਹਾਂ ਜਿਸ ਤਰ੍ਹਾਂ ਮੈਥ ਵਿਸ਼ੇ ਦੀ ਤੇ ਮੈਥ ਵਿਸ਼ੇ ਦਾ ਜੋ ਕੋਡ ਹੁੰਦਾ ਹੈ ਉਹ ਹੁੰਦਾ ਹੈ ਜੀ 808 808 ਕੋਡ ਹੁੰਦਾ ਹੈ ਮੈਥ ਵਿਸ਼ੇ ਦਾ 8ਵੀਂ ਕਲਾਸ ਦੇ ਲਈ 8ਵੀਂ ਕਲਾਸ ਦੀ ਗੱਲ ਕਰ ਰਹੇ ਹਾਂ ਤੇ 808 ਦੇ ਨਾਲ ਇੱਥੇ ਆਪਣੇ ਕੋ ਜੋ ਕੋਡ ਹੈ ਕਿਉਂਕਿ ਤੁਹਾਨੂੰ ਸੈੱਟ ਵੀ ਆ ਸਕਦੇ ਹਨ ਸੈੱਟ A ਵੀ ਲਿਖਿਆ ਹੋ ਸਕਦਾ ਹੈ 808 ਦੇ ਨਾਲ ਸੈਟ B ਵੀ ਲਿਖਿਆ ਹੋ ਸਕਦਾ ਹੈ 808 ਦੇ ਨਾਲ ਸੈਟ C ਵੀ ਲਿਖਿਆ ਹੋ ਸਕਦਾ ਹੈ ਤਿੰਨ ਤਰ੍ਹਾਂ ਦੇ ਸੈਟ ਤੁਹਾਨੂੰ ਆ ਸਕਦੇ ਹਨ ਤੇ ਮੰਨ ਲਓ ਕਿ ਇੱਥੇ 808 ਅਬਲੀਕ A ਲਿਖਿਆ ਹੋਇਆ ਹੈ ਇਸ ਦਾ ਮਤਲਬ ਜੋ ਤੁਹਾਡਾ ਪ੍ਰਸ਼ਨ ਪੱਤਰ ਹੈ ਉਸ ਦੇ ਉੱਪਰ ਜੋ ਕੋਡ ਲਿਖਿਆ ਹੈ ਉਹ ਕਿੰਨਾ ਲਿਖਿਆ ਹੈ ਜੀ 808 ਅਬਲੀਕ A ਤੇ ਇਸ ਤਰ੍ਹਾਂ ਤੁਸੀਂ ਇੱਥੇ A ਜੋ ਬਾਕਸ ਹੈ ਉਹ ਕੁਐਸਚਨ ਪੇਪਰ ਨੂੰ ਮਿਲਣ ਤੋਂ ਬਾਅਦ ਹੀ ਤੁਸੀਂ ਇਸ ਬਾਕਸ ਨੂੰ ਭਰ ਸਕਦੇ ਹੋ ਪਹਿਲਾਂ ਨਹੀਂ ਤੇ ਆਓ ਨੈਕਸਟ ਦੇਖਦੇ ਹਾਂ ਜੀ ਨੈਕਸਟ ਹੈ ਜੀ ਆਪਣੇ ਕੋਲ ਇੱਕ ਖਾਨੇ ਵਿੱਚ ਇੱਕ ਅੱਖਰ ਲਿਖੋ ਨਾਂ ਦੇ ਹਰ ਭਾਗ ਦੇ ਵਿੱਚ ਇੱਕ ਖਾਲੀ ਖਾਨਾ ਛੱਡੋ ਜਿਸ ਤਰ੍ਹਾਂ ਮੰਨ ਲਓ ਕਿ ਬੱਚੇ ਦਾ ਨਾਮ ਹੈ ਰਾਜਕੁਮਾਰ ਤੇ ਉਹ ਰਾਜ ਅਲੱਗ ਲਿਖੇਗਾ ਫਿਰ ਇੱਕ ਖਾਨਾ ਖਾਲੀ ਛੱਡ ਕੇ ਤੇ ਫਿਰ ਉਹ ਕੁਮਾਰ ਲਿਖੇਗਾ ਤੇ ਜੇ ਪ੍ਰੀਖਿਆਰਥੀ ਦੇ ਨਾਂ 26 ਅੱਖਰਾਂ ਤੋਂ ਬਾਅਦ ਹਾਂ ਤੱਕ ਕੇਵਲ ਨਾਮ ਦੇ ਪਹਿਲੇ 26 ਅੱਖਰ ਹੀ ਲਿਖੇ ਜਾਣ ਇਹ ਬਹੁਤ ਘੱਟ ਕੇਸ ਵਿੱਚ ਹੁੰਦਾ ਹੈ ਜੀ ਤੇ ਅੱਗੇ ਹੈ ਜੀ ਆਪਣੇ ਕੋ ਨੀਚੇ ਨਕਲ ਕੇਸ ਰਿਪੋਰਟ ਇਹ ਤੁਹਾਡੇ ਲਈ ਨਹੀਂ ਹੈ ਜੀ ਅਗਲਾ ਹੈ ਕਿ ਜਦੋਂ ਆਪਾਂ ਬੱਬਲਸ ਨੂੰ ਡਾਰਕ ਕਰਨਾ ਹੈ ਤੇ ਉਹ ਕਿਸ ਤਰ੍ਹਾਂ ਕਰਨਾ ਹੈ ਦੇਖੋ ਜੀ ਲਿਖਿਆ ਹੋਇਆ ਹੈ ਡਾਰਕਨ ਦਾ ਸਰਕਲ ਹੈ ਸ਼ੋਨਿੰਗ ਦਾ ਐਗਜ਼ਾਮਪਲ ਇਸ ਤਰ੍ਹਾਂ ਡਾਰਕ ਕਰਨਾ ਹੈ ਪੂਰਾ ਡਾਰਕ ਕਰਨਾ ਇੱਕ ਕਲੈਕਟ ਮੈਥਡ ਹੈ ਜੇਕਰ ਤੁਸੀਂ ਇਸ ਤਰ੍ਹਾਂ ਕੋਈ ਵੀ ਕਰ ਦਿੰਦੇ ਹੋ ਤਾਂ ਉਹ ਗਲਤ ਮੈਥਡ ਹੈ ਤੇ ਦੇਖੋ ਕਿਸ ਤਰ੍ਹਾਂ ਡਾਰਕ ਕਰਨਾ ਬੱਬਲ ਨੂੰ ਪੂਰੀ ਤਰ੍ਹਾਂ ਇਸ ਤਰ੍ਹਾਂ ਡਾਰਕ ਕਰਨਾ ਹੈ ਤੇ ਤੁਸੀਂ ਇਸ ਦੇ ਵਿੱਚ ਯੂਜ਼ ਕੀ ਕਰਨਾ ਹੈ ਬਲੂ ਬੋਲ ਪੈਨ ਜਦੋਂ ਤੁਸੀਂ ਪੇਪਰ ਨੂੰ ਅਟੈਂਪਟ ਕਰਨਾ ਹੈ ਸਾਰੇ ਪੇਪਰ ਨੂੰ ਤੇ ਬਲੂ ਪੈਨ ਬੋਲ ਪੈਨ ਯੂਜ਼ ਕਰਨਾ ਹੈ ਤੁਸੀਂ ਜੀ ਤੇ ਜੈਲ ਪੈਨ ਯੂਜ਼ ਨਹੀਂ ਕਰਨਾ ਹੈ ਤੇ ਹੈਡਿੰਗਸ ਵਗੈਰਾ ਲਿਖਣ ਲਈ ਜਦੋਂ ਕੁਐਸਚਨ ਦੇ ਵਿੱਚ ਕੋਈ ਪੰਜਾਬੀ ਜਾਂ ਇੰਗਲਿਸ਼ ਦਾ ਪੇਪਰ ਹੈ ਕੋਈ ਹੈਡਿੰਗ ਵਗੈਰਾ ਲਿਖਣਾ ਹੈ ਤੇ ਹੈਡਿੰਗ ਲਈ ਤੁਸੀਂ ਬਲੈਕ ਪੈਨ ਯੂਜ਼ ਕਰ ਸਕਦੇ ਹੋ ਬਲੈਕ ਬੋਲ ਪੈਨ ਤੇ ਜਦੋਂ ਆਨਸਰ ਵਗੈਰਾ ਸਾਰੇ ਪ੍ਰੋਪਰ ਲਿਖਣੇ ਹਨ ਤਾਂ ਉਸ ਦੇ ਲਈ ਤੁਸੀਂ ਬਲੂ ਪੈਨ ਤੇ ਇਸ OMR ਸ਼ੀਟ ਨੂੰ ਭਰਨ ਲਈ ਵੀ ਤੁਸੀਂ ਬਲੂ ਬੋਲ ਪੈਨ ਦਾ ਹੀ ਯੂਜ਼ ਕਰਨਾ ਹੈ ਜੀ ਤੇ ਇਹ ਅਗਲਾ ਹੈ ਜੀ ਆਪਣੇ ਕੋ ਦਫ਼ਤਰ ਵੱਲੋਂ ਸਪੇਸ ਫਾਰ ਆਫਿਸ ਯੂਜ਼ ਹੈ ਇਸ ਵਿੱਚ ਤੁਸੀਂ ਕੁਝ ਨਹੀਂ ਲਿਖਣਾ ਹੈ ਜੀ ਔਰ ਅੱਗੇ ਦੇਖਦੇ ਹਾਂ ਜੀ ਹੁਣ ਆਪਾਂ ਗੱਲ ਕਰਦੇ ਹਾਂ ਰੋਲ ਨੰਬਰ ਦੀ ਇਹ ਸਾਰੀ ਯੂਨੀਫਾਰਮੇਸ਼ਨ ਹੈ ਇਹ ਤੁਸੀਂ ਆਪਣੇ ਐਡਮਿਟ ਕਾਰਡ ਤੋਂ ਦੇਖ ਕੇ ਪੜ੍ਹਨੀ ਹੈ ਪਹਿਲਾ ਆਪਣੇ ਕੋਲ ਹੈ ਜੀ ਰੋਲ ਨੰਬਰ ਤੇ ਰੋਲ ਨੰਬਰ ਵਾਲੇ ਖਾਨੇ ਵਿੱਚ ਮੰਨ ਲਓ ਬੱਚੇ ਦਾ ਰੋਲ ਨੰਬਰ ਆਪਣੇ ਕੋਲ ਹੈ ਇਸ ਤਰ੍ਹਾਂ ਕਿਉਂਕਿ 2024 ਦੀ ਗੱਲ ਕਰ ਰਹੇ ਹਾਂ 80 24 47 30 1 ਮੰਨ ਲਓ ਕਿ ਇਸੇ ਬੱਚੇ ਦਾ ਇਸ ਤਰ੍ਹਾਂ ਰੋਲ ਨੰਬਰ ਹੈ ਤੇ ਹੁਣ ਜੋ نیچے ਬੱਬਲਸ ਬਣੇ ਹੋਏ ਹਨ ਇਹ نیچے ਜੋ ਸਰਕਲ ਬਣੇ ਹਨ ਇਹਨਾਂ ਨੂੰ ਬੱਬਲਸ ਕਹ ਦਿੰਦੇ ਹਨ ਇਹ ਬੱਬਲਸ ਨੂੰ ਤੁਸੀਂ ਕਿਸ ਤਰ੍ਹਾਂ ਡਾਰਕ ਕਰਨਾ ਹੈ ਕਿਉਂਕਿ ਦੇਖੋ ਇਹ نیچے 1 ਤੋਂ ਲੈ ਕੇ 9 ਤੱਕ ਫਿਰ लास्ट 0 ਪੂਰੇ ਨੰਬਰ ਆ ਗਏ ਹਨ ਆਪਣੇ ਕੋਲ 0 ਤੋਂ ਲੈ ਕੇ 9 ਤੱਕ ਇਹਨਾਂ ਵਿੱਚੋਂ ਜੋ ਉੱਪਰ ਖਾਨੇ ਵਿੱਚ ਨੰਬਰ ਹੈ ਉਸ ਨੰਬਰ ਨੂੰ ਆਪਾਂ ਉਸ ਦੇ نیچے ਡਾਰਕ ਕਰਨਾ ਹੈ ਹੁਣ ਦੇਖੋ 8 ਹੈ 8 ਦੇਖੋ ਆਪਣੇ ਕੋ ਕਿੱਥੇ ਆ ਗਿਆ 8 ਇਸ ਜਗ੍ਹਾ ਤੇ ਆ ਗਿਆ ਹੈ ਤੇ ਆਪਾਂ ਇਸ ਵਾਲੇ ਖਾਨੇ ਨੂੰ ਕੀ ਕਰ ਦੇਣਾ ਹੈ ਜੀ ਡਾਰਕ ਕਰ ਦੇਣਾ ਹੈ ਦੇਖੋ ਇਸ ਵਾਲੇ ਖਾਨੇ ਨੂੰ ਆਪਾਂ ਕੀ ਕਰ ਦੇਣਾ ਹੈ 8 ਦੇ نیچے 8 ਵਾਲੇ ਖਾਨੇ ਨੂੰ ਡਾਰਕ ਕਰ ਦੇਣਾ ਹੈ अच्छी तरह ਇਸ ਤਰ੍ਹਾਂ ਪੂਰਾ ਖਾਨਾ अच्छी तरह ਡਾਰਕ ਕਰਨਾ ਹੈ ਜੀ ਤੇ ਜ਼ਿਆਦਾ ਬਣੀ ਕਰੋ ਨਾ ਕਿ ਸ਼ੀਟ ਫਟ ਜਾਵੇ ਤੇ ਅੱਗੇ ਹੈ ਜੀ ਆਪਣੇ ਕੋ 0 ਅਗਲਾ ਖਾਨੇ ਵਿੱਚ 0 ਹੈ ਤਾਂ ਅਗਲੇ ਖਾਨੇ ਵਿੱਚ ਆਪਾਂ 0 ਦੇਖਣਾ ਹੈ ਜੀ 0 ਵਾਲੇ ਨੂੰ ਆਪਾਂ ਡਾਰਕ ਕਰ ਦੇਣਾ ਇਸ ਤਰ੍ਹਾਂ ਅੱਗੇ ਆਪਣੇ ਕੋਲ 2 ਹੈ ਇਸ ਖਾਨੇ ਵਿੱਚ 2 ਦੇਖੋ ਕਿੱਥੇ ਹੈ 2 ਆਪਣੇ ਕੋਲ ਦੇਖੋ 1 ਤੇ 2 ਆਪਣੇ ਕੋਲ ਇਸ ਜਗ੍ਹਾ ਆਪਾਂ 2 ਨੂੰ ਡਾਰਕ ਕਰ ਦੇਣਾ ਹੈ ਤੇ ਬਾਕੀ ਵੀ ਆਪਾਂ ਇਸੇ ਤਰ੍ਹਾਂ ਜੋ ਸਾਰੇ ਨੰਬਰਸ ਹਨ 4 4 7 3 4 0 1 ਇਹਨਾਂ ਸਾਰੇ ਨੰਬਰਾਂ ਨੂੰ ਆਪਾਂ ਡਾਰਕ ਕਰ ਦੇਣਾ ਹੈ ਅੱਗੇ ਦੇਖੋ ਜੀ 0 ਦੇ نیچے ਆਪਾਂ 0 ਨੂੰ ਡਾਰਕ ਕਰ ਦੇਣਾ ਹੈ ਤੇ ਇੱਕ ਦੇ نیچے ਆਪਾਂ ਇੱਕ ਵਾਲੇ ਖਾਣੇ ਦੇ ਹੇਠਾਂ ਜਿਹੜਾ ਖਾਨੇ ਹਨ ਵਿੱਚ ਇੱਕ ਨੂੰ ਆਪਾਂ ਡਾਰਕ ਕਰ ਦੇਣਾ ਹੈ ਤੇ ਇਹ ਦੇਖੋ ਆਪਣਾ ਜੋ ਰੋਲ ਨੰਬਰ ਵਾਲਾ ਜੋ ਬਾਕਸ ਹੈ ਉਹ ਪੂਰੀ ਤਰ੍ਹਾਂ ਭਰਿਆ ਗਿਆ ਹੈ ਅੱਗੇ ਹੈ ਜੀ ਆਪਣੇ ਕੋ ਪ੍ਰੀਖਿਆਰਥੀ ਦਾ ਨਾਮ ਅੱਗੇ ਹੈ ਜੀ ਪ੍ਰੀਖਿਆਰਥੀ ਦਾ ਨਾਮ ਵੱਡੇ ਅੱਖਰਾਂ ਦੇ ਵਿੱਚ ਕੈਂਡੀਡੇਟ ਨੇਮ ਇਨ ਕੈਪੀਟਲ ਲੈਟਰ ਇੰਗਲਿਸ਼ ਦੇ ਵਿੱਚ ਲਿਖਣਾ ਹੈ ਕੈਪੀਟਲ ਲੈਟਰ ਦੇ ਵਿੱਚ ਮੰਨ ਲਓ ਬੱਚੇ ਦਾ ਨਾਮ ਸੀ ਆਪਣੇ ਕੋ ਰਾਜਕੁਮਾਰ ਇੱਥੇ ਦੇਖੋ ਰਾਜ ਫਿਰ ਇੱਕ ਆਪਾਂ ਖਾਨਾ ਖਾਲੀ ਛੱਡ ਦੇਣਾ ਕਿਉਂਕਿ ਜੇਕਰ ਇੱਕ ਨਾਮ ਦੇ ਵਿੱਚ ਆਪਣੇ ਕੋਲ ਦੋ ਭਾਗ ਹਨ ਇਹ ਪਹਿਲਾ ਭਾਗ ਰਾਜ ਆ ਗਿਆ ਦੂਸਰਾ ਭਾਗ ਆਜੇ ਕੋ ਆਪਣੇ ਕੋ ਕੁਮਾਰ ਤੇ ਇਸ ਦੇ ਵਿੱਚ ਵੀ ਸੇਮ ਆਪਾਂ ਦੇਖੋ ਇਸ ਦੇ نیچے ਹੁਣ ਆਰ ਦੇ نیچے ਇੰਗਲਿਸ਼ ਅਲਫਾਬੈਟ ਲਿਖਿਆ ਹਨ ਪੂਰੇ ਦੇਖੋ نیچے ਤੱਕ ਜਾਵਾਂਗੇ ਤੇ A ਤੋਂ ਲੈ ਕੇ Z ਤੱਕ ਪੂਰੇ ਨੰਬਰ ਆਪਾਂ ਨੂੰ ਪੂਰੇ ਲੈਟਰਸ ਨਜ਼ਰ ਆਉਣਗੇ ਤੇ ਇਸ ਖਾਨੇ ਵਿੱਚ ਆਪਾਂ R ਨੂੰ ਡਾਰਕ ਕਰ ਦੇਣਾ ਹੈ ਅਗਲੇ ਖਾਨੇ ਵਿੱਚ ਦੇਖੋ ਅਗਲੇ ਖਾਨੇ ਵਿੱਚ ਏ ਹੈ ਇਸ ਦੇ ਵਿੱਚ ਫਿਰ ਦੇਖੋ ਏ ਤੋਂ ਲੈ ਕੇ ਜੈਡ ਤੱਕ ਹਨ ਆਪਾਂ ਏ ਨੂੰ ਡਾਰਕ ਕਰ ਦੇਣਾ ਹੈ ਇਸ ਤੋਂ نیچے ਜੇ ਜੇ ਵਾਲੇ ਵਿੱਚ ਦੇਖੋ ਆਪਾਂ ਜੇ ਨੂੰ ਡਾਰਕ ਕਰ ਦੇਣਾ ਹੈ ਇਹ ਜੋ نیچے ਆਈ ਤੋਂ نیچے ਪਿੱਛੇ ਜੇ ਹੈ ਇਸ ਨੂੰ ਆਪਾਂ ਡਾਰਕ ਕਰ ਦੇਣਾ ਹੈ ਜੀ ਤੇ ਇਸ ਤਰ੍ਹਾਂ نیچے ਨੰਬਰ ਨਜ਼ਰ ਨਹੀਂ ਆ ਰਹੇ ਆਪਾਂ ਨੂੰ ਜੋ ਲੈਟਰਸ ਹਨ ਪਰ ਜਿਹੜੇ ਲੈਟਰ ਨਜ਼ਰ ਆਉਣਗੇ ਉਹ ਤੁਹਾਨੂੰ ਮੈਂ ਡਾਰਕ ਕਰਕੇ ਦਿਖਾ ਰਿਹਾ ਹਾਂ ਬਾਕੀ ਤੁਸੀਂ ਆਪਣੇ ਆਪ ਹੀ ਜੋ ਏ ਵਾਲਾ ਖਾਨਾ ਖਾਲੀ ਹੈ ਤੇ ਇਸ ਦੇ ਵਿੱਚ ਕਿਸੇ ਨੂੰ ਵੀ ਡਾਰਕ ਨਹੀਂ ਕਰਨਾ ਹੈ ਜੀ ਤੇ ਇਸ ਤਰ੍ਹਾਂ ਤੁਸੀਂ ਸਾਰੇ ਕੇ ਦੇ نیچے ਕੇ ਨੂੰ ਡਾਰਕ ਕਰ ਦੇਣਾ ਹੈ ਯੂ ਵਾਲੇ نیچے ਖਾਨੇ ਵਿੱਚ ਯੂ ਜੁਣ ਜਿੱਥੇ ਵੀ ਆਏਗਾ نیچے ਉਸ ਨੂੰ ਡਾਰਕ ਕਰ ਦੇਣਾ ਹੈ ਐਮ ਵਾਲੇ ਖਾਨੇ ਵਿੱਚ ਐਮ ਨੂੰ ਡਾਰਕ ਕਰ ਦੇਣਾ ਹੈ ਏ ਵਾਲਾ ਖਾਨਾ ਮੈਂ ਕਰ ਦਿੱਤਾ ਹੈ ਜੀ ਇਸ ਤਰ੍ਹਾਂ ਆਰ ਵਾਲਾ ਖਾਨਾ ਜਿਸ ਤੇ ਵੀ ਜਿੱਥੇ نیچے ਜਾ ਕੇ ਆਰ ਆਏਗਾ ਇਸ ਖਾਨੇ ਵਿੱਚ ਤੁਸੀਂ ਉਸ ਆਰ ਨੂੰ ਡਾਰਕ ਕਰ ਦੇਣਾ ਹੈ ਜੀ ਤੇ ਆਓ ਆਪਾਂ ਹੁਣ ਨੈਕਸਟ ਦੇਖਦੇ ਹਾਂ ਜੀ ਇਸ ਨੂੰ ਪੜਨ ਤੋਂ ਬਾਅਦ ਆਪਣੇ ਕੋ ਆ ਗਿਆ ਹੈ ਜੀ ਕੇਂਦਰ ਕੋਡ ਤੇ ਵਿਸ਼ਾ ਕੋਡ ਹੁਣ ਧਿਆਨ ਨਾਲ ਦੇਖੋ ਕੇਂਦਰ ਕੋਡ ਕੇਂਦਰ ਕੋਡ ਦੀ ਗੱਲ ਕਰ ਰਹੇ ਹਾਂ ਆਪਾਂ ਸੈਂਟਰ ਕੋਡ ਤੇ ਇੱਥੇ ਕੀ ਲਿਖਿਆ ਦੇਖੋ ਸੀ ਐਜ਼ ਔਨ ਐਡਮਿਟ ਕਾਰਡ ਤੁਸੀਂ ਆਪਣਾ ਐਡਮਿਟ ਕਾਰਡ ਦੇ ਉੱਪਰ ਦੇਖਣਾ ਹੈ ਕਿ ਤੁਹਾਡਾ ਜੋ ਕੇਂਦਰ ਕੋਡ ਹੈ ਉਹ ਕੀ ਲਿਖਿਆ ਹੋ ਸਕਦਾ ਹੈ ਜਿਸ ਤਰ੍ਹਾਂ ਤੁਹਾਨੂੰ ਮੈਂ ਇੱਕ ਕੇਂਦਰ ਕੋਡ ਦੀ ਐਗਜ਼ਾਮਪਲ ਲੈ ਕੇ ਦੱਸ ਰਿਹਾ ਹਾਂ ਜੀ ਮੰਨ ਲਓ ਕਿ ਇੱਥੇ ਆਪਣੇ ਕੋ ਹੈ ਜੀ 30421 ਕਿਸੇ ਕੇਂਦਰ ਕੋਡ ਨੂੰ ਆਪਾਂ ਅਗਜ਼ੂਮ ਕਰ ਲਿਆ ਹੈ ਜਿਸ ਤਰ੍ਹਾਂ ਪਹਿਲਾ 3 ਹੈ ਤੇ ਇਸ ਖਾਨੇ ਵਿੱਚ ਆਪਾਂ ਪਹਿਲਾਂ 3 ਨੂੰ ਡਾਰਕ ਕਰ ਦੇਣਾ ਹੈ ਜੀ ਦੂਸਰੇ ਖਾਨੇ ਦੇ ਵਿੱਚ 0 ਹੈ 0 ਨੂੰ ਡਾਰਕ ਕਰ ਦੇਣਾ ਹੈ ਤੀਸਰੇ ਖਾਨੇ ਵਿੱਚ 4 ਨੂੰ ਡਾਰਕ ਕਰ ਦੇਣਾ ਹੈ ਇਸ ਤਰ੍ਹਾਂ ਆਪਾਂ ਜੋ ਵੀ ਉੱਪਰ ਨੰਬਰ ਲਿਖਿਆ ਹੈ ਉਸ ਦੇ نیچے ਜੋ ਬੱਬਲਸ ਬਣੇ ਹਨ ਸਰਕਲ ਬਣੇ ਹਨ ਉਸ ਸਰਕਲ ਨੂੰ ਆਪਾਂ ਕੀ ਕਰ ਦੇਣਾ ਹੈ ਉਸ ਨੰਬਰ ਨੂੰ ਆਪਾਂ ਕੀ ਕਰ ਦੇਣਾ ਹੈ ਡਾਰਕ ਕਰ ਦੇਣਾ ਹੈ ਅੱਗੇ ਵਿਸ਼ਾ ਕੋਡ ਵਿਸ਼ਾ ਕੋਡ ਹੁਣੇ ਆਪਾਂ ਗੱਲ ਕੀਤੀ ਸੀ ਉਹ ਤੁਹਾਡਾ ਹੈ ਮੈਥ ਸਬਜੈਕਟ ਲਈ 808 ਇੱਥੇ ਆਪਾਂ ਲਿਖ ਦੇਣਾ ਹੈ 808 ਤੇ ਇੱਥੇ ਪਹਿਲਾਂ 8 ਨੂੰ ਡਾਰਕ ਕਰ ਦੇਣਾ ਹੈ ਫਿਰ ਅਗਲਾ ਆਪਣੇ ਕੋ 0 ਨੂੰ ਡਾਰਕ ਕਰ ਦੇਣਾ ਹੈ ਜਿਹੜਾ ਵੀ ਤੁਸੀਂ ਵਿਸ਼ਾ ਭਰੋਗੇ ਕਿਉਂਕਿ ਹਰੇਕ ਵਿਸ਼ੇ ਦਾ ਅਲੱਗ-ਅਲੱਗ ਕੋਡ ਹੁੰਦਾ ਹੈ ਇਹ ਆਪਾਂ ਮੈਥ ਦੀ ਗੱਲ ਕਰ ਰਹੇ ਹਾਂ ਮੈਥ ਦਾ ਜੋ ਕੋਡ ਹੈ ਤੁਹਾਡਾ 808 ਹੁੰਦਾ ਹੈ ਇਹ ਦੇਖੋ ਲਿਖਿਆ ਵੀ ਹੋਇਆ ਕਿੱਥੇ ਦੇਖਣਾ ਆਪਾਂ ਇਸ ਨੂੰ ਸੇਮ ਐਜ਼ ਔਨ ਕੁਐਸਚਨ ਪੇਪਰ ਇਹ ਕੁਐਸਚਨ ਪੇਪਰ ਦੇ ਉੱਪਰ ਆਪਾਂ ਦੇਖਣਾ ਹੈ ਕਿ ਕਿਹੜੇ ਵਿਸ਼ੇ ਦਾ ਆਪਾਂ ਪੇਪਰ ਦੇ ਰਹੇ ਹਾਂ ਉਸ ਦਾ ਕੋਡ ਕੀ ਹੈ ਜੀ ਨੈਕਸਟ ਵਨ ਜੀ ਆਪਣੇ ਕੋ ਆ ਗਿਆ ਹੈ ਸੀਰੀਅਲ ਨੰਬਰ ਧਿਆਨ ਨਾਲ ਦੇਖੋ ਲੜੀ ਨੰਬਰ ਜਾਂ ਸੀਰੀਅਲ ਨੰਬਰ ਇੱਕ ਲਿਖਿਆ ਹੋਇਆ ਹੈ ਇਹ ਕਿਸ ਦਾ ਸੀਰੀਅਲ ਨੰਬਰ ਹੁੰਦਾ ਹੈ ਬਹੁਤ ਧਿਆਨ ਨਾਲ ਇਸ ਨੂੰ ਦੇਖਣਾ ਹੈ ਜੀ ਇਹ ਹੁੰਦਾ ਹੈ ਜੀ ਆਪਣੇ ਕੋ ਆਨਸਰ ਸ਼ੀਟ ਦਾ ਸੀਰੀਅਲ ਨੰਬਰ ਆਨਸਰ ਸ਼ੀਟ ਸੀਰੀਅਲ ਨੰਬਰ ਇਹ ਆਨਸਰ ਸ਼ੀਟ ਜੋ ਤੁਹਾਨੂੰ ਮਿਲਦੀ ਹੈ ਉਹ ਉਸ ਦਾ ਸੀਰੀਅਲ ਨੰਬਰ ਹੈ ਤੇ ਇਸ ਨੂੰ ਭਰਨਾ ਕਿੱਥੇ ਹੁੰਦਾ ਹੈ ਇਸ ਨੂੰ ਜਦੋਂ ਤੁਹਾਡੇ ਕੋ ਅਟੈਂਡੈਂਸ ਸ਼ੀਟ ਆਏਗੀ attendence sheet ਜਾਂ ਉਸ ਨੂੰ ਆਪਾਂ ਸਿਗਨੇਚਰ ਚਾਰਟ ਵੀ ਕਹਿ ਕਹਨੇ ਹਨ attendence sheet ਜਾਂ ਉਸ ਨੂੰ ਆਪਾਂ ਸਿਗਨੇਚਰ ਚਾਰਟ ਕਹਿ ਦਿੰਨੇ ਹਨ ਜਦੋਂ ਟੀਚਰਸ ਜੋ ਉੱਥੇ ਹਨ ਡਿਊਟੀ ਤੇ ਉਹ ਤੁਹਾਡੇ ਕੋਲ ਸਾਈਨ ਕਰਵਾਉਣ ਆਉਣਗੇ attendence sheet ਤੇ ਤੇ ਜਿੱਥੇ ਲਿਖਿਆ ਹੋਵੇਗਾ ਅਨਸਰ ਸ਼ੀਟ ਸੀਰੀਅਲ ਨੰਬਰ ਤਾਂ ਉੱਥੇ ਤੁਸੀਂ ਇਹ ਵਾਲਾ ਨੰਬਰ ਫਿਲ ਕਰਨਾ ਹੁੰਦਾ ਹੈ ਇਸ ਦਾ ਹੋਰ ਕੋਈ ਕੰਮ ਨਹੀਂ ਹੈ ਇਹ ਕਾਫੀ ਇੰਪੋਰਟੈਂਟ ਹੈ ਤੇ ਇਸ ਨੂੰ ਬਿਲਕੁਲ ਸਹੀ ਭਰਨਾ ਹੈ ਤੇ ਉਸ ਤੋਂ ਅੱਗੇ ਆਪਣੇ ਕੋ ਆ ਗਿਆ ਹੈ ਜੀ ਜੋ ਨਿਗਰਾਨ ਹਨ ਉਸਦੇ ਪੂਰੇ ਪੂਰਾ ਨਾਮ ਅਤੇ ਹਸਤਾਖਸ਼ਰ ਇਹ ਇਨਵਿਜੀਲੇਟਰ ਨੇ ਇੱਥੇ ਆਪਣੇ ਸਾਈਨ ਕਰਨੇ ਹਨ ਜੋ ਟੀਚਰ ਉਸ ਸਮੇਂ ਡਿਊਟੀ ਤੇ ਹੋਣਗੇ ਉਹਨਾਂ ਦੇ ਇੱਥੇ ਸਾਈਨ ਹੋਣੇ ਹਨ ਇਸ ਬਾਕਸ ਦੇ ਵਿੱਚ ਤੁਸੀਂ ਕੁਝ ਵੀ ਨਹੀਂ ਕਰਨਾ ਤੇ ਨੈਕਸਟ ਹੈ ਜੀ ਆਪਣਾ ਰੋਲ ਨੰਬਰ ਕਿਸ ਤਰ੍ਹਾਂ ਲਿਖਣਾ ਹੈ ਅੰਕਾਂ ਵਿੱਚ ਤੁਹਾਨੂੰ ਪਤਾ ਹੀ ਹੈ ਹੁਣੇ ਆਪਾਂ ਗੱਲ ਕੀਤੀ ਹੈ ਕਿ ਰੋਲ ਨੰਬਰ ਬੱਚੇ ਦਾ ਕਿੰਨਾ ਹੈ 824 47 3101 ਇਹ ਮੰਨ ਲਓ ਬੱਚੇ ਦਾ ਰੋਲ ਨੰਬਰ ਹੈ ਪਰ ਇਹ ਕਿਸ ਦੇ ਵਿੱਚ ਹੈ ਅੰਕਾਂ ਵਿੱਚ ਲਿਖਿਆ ਹੋਇਆ ਹੈ ਮੈਥਮੈਟਿਕਸ ਦੇ ਵਿੱਚ ਲਿਖਿਆ ਹੋਇਆ ਹੈ ਹੁਣ ਆਪਾਂ ਰੋਲ ਨੰਬਰ ਨੂੰ ਕਿਸ ਦੇ ਵਿੱਚ ਲਿਖਣਾ ਹੈ ਸ਼ਬਦਾਂ ਵਿੱਚ ਜਾਂ ਇਨ ਵਰਡਸ ਲਿਖਣਾ ਹੈ ਤੇ ਉਹ ਕਿਸ ਤਰ੍ਹਾਂ ਲਿਖਣਾ ਹੈ ਦੇਖੋ ਪਹਿਲਾਂ ਆਪਣੇ ਕੋ ਜੋ ਅੰਕ ਹੈ ਉਹ 8 ਹੈ ਤੇ ਆਪਾਂ ਇਸ ਨੂੰ ਸ਼ਬਦਾਂ ਵਿੱਚ ਲਿਖਣਾ ਹੈ 8 ਇੰਗਲਿਸ਼ ਵਾਲਿਆਂ ਨੇ 8 ਲਿਖ ਦੇਣਾ ਹੈ ਫਿਰ 0 8 जीरो दो इस तरह तीस तो सारा ही लिख देना है चार जीरो तो लास्ट में अपने को है जी एक ये देखो पूरा चार चार सत्त तीन चार जीरो एक इस तरह अपना लिख देना है इंग्लिश वाले लिखना है एट जीरो टू फोर फोर सैवन थ्री फोर जीरो वन इस तरह इंग्लिश वाला लिख देना है जी नैक्सट है जी पिता का नाम ਪਦਰ ਦਾ ਨਾਮ ਇਥੇ ਇਸ ਜਗ੍ਹਾ ਤੇ ਬੱਚੇ ਨੇ ਆਪਣੇ ਪਿਤਾ ਜੀ ਦਾ ਨਾਮ ਲਿਖ ਦੇਣਾ ਹੈ ਜੀ ਤੇ ਨੈਕਸਟ ਹੈ ਜੀ ਪ੍ਰੀਖਿਆਰਥੀ ਦੇ ਹਸਤਾਖਰ ਸਿਗਨੇਚਰ ਆਫ ਕੈਂਡੀਡੇਟ ਤੇ ਜਿਸ ਤਰ੍ਹਾਂ ਬੱਚੇ ਦਾ ਨਾਮ ਹੈ ਰਾਜਕੁਮਾਰ ਤੇ ਉਹ ਜਿਸ ਤਰ੍ਹਾਂ ਦੇ ਹਸਤਾਖਰ ਉਸ ਨੇ ਪਹਿਲਾਂ ਜਦੋਂ ਜੋ ਸਕੂਲ ਵੱਲੋਂ ਰਜਿਸਟ੍ਰੇਸ਼ਨ ਕੀਤੀ ਗਈ ਸੀ ਕੰਟੀਨਿਊਸ਼ਨ ਰਜਿਸਟ੍ਰੇਸ਼ਨ ਜੋ ਕੀਤੀ ਗਈ ਸੀ ਉਸ ਦੇ ਅਕੋਰਡਿੰਗ ਹੀ ਤੁਸੀਂ ਜੋ ਉੱਥੇ ਸਾਈਨ ਕੀਤੇ ਹਨ ਉਹਦੇ ਅਕੋਰਡਿੰਗ ਬੱਚੇ ਨੇ ਇੱਥੇ ਜੇਕਰ ਪੰਜਾਬੀ ਵਿੱਚ ਸਾਈਨ ਕੀਤੇ ਹਨ ਤਾਂ ਪੰਜਾਬੀ ਵਿੱਚ ਕਰ ਦੇਣੇ ਹਨ ਜੇਕਰ ਉਸ ਨੇ ਉੱਥੇ ਸ਼ੀਟ ਦੇ ਵਿੱਚ ਪਹਿਲਾਂ ਇੰਗਲਿਸ਼ ਵਿੱਚ ਸਾਈਨ ਕੀਤੇ ਤੋਂ ਉਥੇ ਅੰਸ ਨੇ ਇੰਗਲਿਸ਼ ਵਿੱਚ ਸਾਈਨ ਕਰ ਦੇਣੇ ਹਨ ਜੀ ਤੇ ਆ ਹੁਣ ਆਪਾਂ ਅੱਗੇ ਦੇਖਦੇ ਹਾਂ ਜੀ ਸੋ ਹੁਣ ਉਸ ਦੇ ਹੀ ਜੋ ਬੈਕ ਸਾਈਡ ਪੇਜ ਹੈ ਉਸ ਤੇ ਦੇਖੋ ਆਪਣੇ ਕੋ ਕੀ ਪੜਨਾ ਹੈ ਜੀ ਅ ਪ੍ਰੀਖਿਆਰਥੀ ਵੱਲੋਂ ਭਰਿਆ ਜਾਵੇ ਟੂ ਬੀ ਫਿਲਡ ਬਾਈ ਦਾ ਕੈਂਡੀਡੇਟ ਪ੍ਰਸ਼ਨ ਪੱਤਰ ਉੱਤੇ ਲਿਖੇ ਕੋਡ ਨੂੰ ਸਾਹਮਣੇ ਦਿੱਤੇ ਖਾਨੇ ਵਿੱਚ ਲਿਖੋ ਇੱਥੇ ਜੋ ਖਾਨਾ ਹੈ ਇਸ ਦੇ ਵਿੱਚ ਆਪਾਂ ਪ੍ਰਸ਼ਨ ਪੱਤਰ ਦੇ ਉੱਪਰ ਤੁਹਾਡਾ ਜਿਸ ਤਰ੍ਹਾਂ ਕੋਡ ਲਿਖਿਆ ਹੋਇਆ ਸੀ 808/ਏ ਇਹ ਵਾਲਾ ਜੋ ਕੋਡ ਹੈ ਤੁਸੀਂ ਇੱਥੇ ਫਿਲ ਕਰ ਦੇਣਾ ਹੈ ਜੀ ਜੋ ਵੀ ਪ੍ਰਸ਼ਨ ਪੱਤਰ ਦੇ ਉੱਪਰ ਕੁਐਸਚਨ ਪੇਪਰ ਦੇ ਉੱਪਰ ਕੋਡ ਲਿਖਿਆ ਹੈ ਉਹ ਤੁਸੀਂ ਇੱਥੇ ਫਿਲ ਕਰ ਦੇਣਾ ਹੈ ਜੀ ਕਲਾਸ ਲਿਖ ਦੇਣੀ ਹੈ ਆਪਣੀ ਜੋ ਤੁਹਾਡੀ ਕਲਾਸ ਹੈ 8ਵੀਂ ਕਲਾਸ ਦੇ ਵਿਦਿਆਰਥੀ ਉਹ 8ਵੀਂ ਲਿਖ ਦੇਣੀ ਹੈ ਪ੍ਰੀਖਿਆ ਦੀ ਜੋ ਡੇਟ ਤੇ ਮਿਤੀ ਲਿਖ ਦੇਣੀ ਹੈ ਜਿਸ ਤਰ੍ਹਾਂ ਤੁਹਾਡਾ ਜੋ ਮੈਥ ਦੇ ਪੇਪਰ ਦੀ ਗੱਲ ਹੋ ਰਹੀ ਹੈ ਉਹ ਆਪਣਾ ਹੋ ਰਿਹਾ ਹੈ ਜੀ 11 ਮਾਰਚ ਨੂੰ ਤੇ ਦਿਨ ਆਪਣੇ ਕੋ ਕਿਹੜਾ ਬਣ ਰਿਹਾ ਹੈ ਜੀ ਸੋਮਵਾਰ ਸਬਜੈਕਟ ਆਪਣਾ ਉਸੇ ਤਰ੍ਹਾਂ ਸਬਜੈਕਟ ਤੁਹਾਡਾ ਕਿਹੜਾ ਹੈ ਜੀ ਗਣਿਤ ਜਾਂ ਮੈਥਮੈਟਿਕਸ ਲਿਖ ਦੇਣਾ ਹੈ ਜੀ ਤੇ ਉੱਪਰ ਹੈ ਪ੍ਰੀਖਿਆ ਦਾ ਨਾਮ ਪ੍ਰੀਖਿਆ ਦਾ ਨਾਮ ਆਪਣੇ ਕੋ ਕਿਹਾ ਜਾਏਗਾ ਤੇ ਅੱਗੇ ਹੈ ਉੱਤਰ ਦੇਣ ਦਾ మీడియం మీడియం ਆਫ ਦਾ ਅਨਸਰਿੰਗ ਦਾ ਪੇਪਰ ਉਹੀ ਜੇਕਰ ਤੁਸੀਂ ਜੋ ਮੈਥ ਵਿਸ਼ਾ ਹੈ ਉਹ ਪੰਜਾਬੀ ਵਿੱਚ ਕਰ ਰਹੇ ਹੋ ਤਾਂ ਇੱਥੇ ਤੁਸੀਂ ਪੰਜਾਬੀ ਲਿਖ ਦੇਣਾ ਹੈ ਜੇਕਰ ਤੁਸੀਂ ਮੈਥ ਜੋ ਹੈ ਉਹ ਇੰਗਲਿਸ਼ ਵਿੱਚ ਅਟੈਂਪਟ ਕਰ ਰਹੇ ਹੋ ਇੰਗਲਿਸ਼ ਵਿੱਚ ਆਂਸਰ ਸਾਰੇ ਲਿਖ ਰਹੇ ਹੋ ਤੇ ਇੱਥੇ ਤੁਸੀਂ ਅੰਗਰੇਜ਼ੀ ਲਿਖ ਦੇਣਾ ਹੈ ਪੰਜਾਬੀ ਜਾਂ ਅੰਗਰੇਜ਼ੀ ਦੋਵਾਂ ਵਿੱਚੋਂ ਇੱਕ ਲਿਖਣਾ ਹੈ ਤੇ ਜੇਕਰ ਤੁਸੀਂ ਹਿੰਦੀ ਵਿੱਚ ਮੈਥ ਪੜ ਰਹੇ ਹੋ ਹਿੰਦੀ ਵਿੱਚ ਆਂਸਰ ਦੇਣੇ ਹਨ ਤੇ ਇੱਥੇ ਹਿੰਦੀ ਲਿਖ ਦੇਣਾ ਹੈ ਜੀ ਤੇ ਇਹ ਅਗਲਾ ਜੋ ਹੈ ਉਹ ਤੁਹਾਡੇ ਲਈ ਨਹੀਂ ਹੈ ਅਗਲਾ ਜੋ ਹੈ ਐਗਜ਼ਾਮੀਨੇਸ਼ਨ ਜੋ ਹੋਇਆ ਉਹਨਾਂ ਲਈ ਹੈ ਜੀ ਐਗਜ਼ਾਮੀਨਰ ਨੇ ਹੀ ਇਹ ਸਾਰਾ ਕੁਝ ਕਰਨਾ ਹੈ ਤੇ ਇਹ ਹੈ ਜੀ ਆਪਣੇ ਕੋ ਕੀ ਤੁਹਾਡਾ ਜੋ ਲਿਖਾਰੀ ਉਪਲਬਧ ਕਰਵਾਇਆ ਹੈ ਜੇਕਰ ਤੁਸੀਂ ਖੁਦ ਹੀ ਪੇਪਰ ਦੇ ਰਹੇ ਹੋ ਤੇ ਇੱਥੇ ਨਹੀਂ ਲਿਖਣਾ ਹੈ ਜੇਕਰ ਤੁਸੀਂ ਕਿਸੇ ਹੋਰ ਤੋਂ ਪੇਪਰ ਆਪਾਂ ਦਿਲਵਾ ਰਹੇ ਹੋ ਕੋਈ ਹੋਰ ਤੁਹਾਡੀ ਜਗ੍ਹਾ ਤੇ ਪੇਪਰ ਆ ਕੇ ਲਿਖ ਰਿਹਾ ਹੈ ਤੁਸੀਂ ਵੀ ਨਾਲ ਹੀ ਬੈਠੋਗੇ ਪੇਪਰ ਤੁਹਾਡਾ ਕੋਈ ਹੋਰ ਦੇ ਰਿਹਾ ਹੈ ਲਿਖ ਕੋਈ ਹੋ ਰਿਹਾ ਹੈ ਤੇ ਇੱਥੇ ਤੁਸੀਂ Yes ਕਰਨਾ ਹੈ अदरवाइज ਤੁਸੀਂ ਇੱਥੇ No ਕਰਨਾ ਹੈ ਜੀ ਹੋਪਸ ਹੁਣ ਤੁਹਾਨੂੰ ਜੋ ਸਾਰੀ ਹੀ ਜਾਣਕਾਰੀ ਦਿੱਤੀ ਹੈ ਉਹ ਅੱਛੀ ਤਰ੍ਹਾਂ ਸਮਝ ਲੱਗੀ ਹੋਏਗੀ ਜੇਕਰ ਵੀਡੀਓ ਤੁਹਾਨੂੰ ਅੱਛੀ ਲੱਗੀ ਤੇ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਹੈ ਜੀ ਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਜੋ ਬੈਲ ਆਈਕਨ ਨੂੰ ਜੂ ਪ੍ਰੈਸ ਕਰ ਲੈਣਾ ਹੈ ਤੇ ਬੈਲ ਆਈਕਨ ਨੂੰ ਪ੍ਰੈਸ ਕਰਨ ਤੋਂ ਬਾਅਦ ਜੋ 올 ਦਾ ਨੋਟੀਫਿਕੇਸ਼ਨ ਹੈ ਉਸ ਨੂੰ ਜੂ ਆਨ ਕਰ ਲੈਣਾ ਹੈ ਤਾਂ ਜੋ ਮੇਰੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਹੁਣ ਸੋਣ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਵਿੱਚ ਇੱਕ ਨਵੀਂ ਜਾਣਕਾਰੀ ਲੈ ਕੇ ਉਦੋਂ ਤੱਕ ਲਈ ਧੰਨਵਾਦ